ਫਰੀਦਕੋਟ ਦੇ ਹਰਗੋਬਿੰਦਪੁਰ ਨਗਰ ਦੇ ਵਿੱਚ ਅੱਜ ਸਵੇਰੇ ਇੱਕ ਗਰੀਬ ਪਰਿਵਾਰ ਨਾਲ ਸੰਬੰਧਿਤ ਔਰਤ ਅਤੇ ਉਸ ਦੀ ਕਰੀਬ 10 ਸਾਲ ਦੀ ਬੱਚੀ ਤੇ ਗੁਆਂਢ ਵਿੱਚ ਰਹਿੰਦੇ ਪਰਿਵਾਰ ਦੇ ਇੱਕ ਪਾਲਤੂ ਪਿਟਬੁਲ ਕੁੱਤੇ ਨੇ ਉਸ ਵੇਲੇ ਹਮਲਾ ਕਰ ਦਿੱਤਾ ਜਦੋਂ ਦੁੱਧ ਲੈਣ ਗਈਆਂ ਹੋਈਆਂ ਸਨ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਪੀੜਤ ਬੱਚੀ ਦੇ ਮਾਮੇ ਨੇ ਦੱਸਿਆ ਕਿ ਕੁੱਤੇ ਵੱਲੋਂ ਪਹਿਲਾਂ ਬੱਚੀ ਤੇ ਹਮਲਾ ਕੀਤਾ ਗਿਆ, ਜਦੋਂ ਬੱਚੀ ਦੀ ਮਾਂ ਨੇ ਉਸ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਤਾਂ ਕੁੱਤੇ ਨੇ ਉਸ ਉੱਪਰ ਵੀ ਹਮਲਾ ਕਰ ਦਿੱਤਾ, ਜਿਸ ਨੂੰ ਉਸ ਦੇ ਮੌਕੇ ਤੇ ਹੀ ਮੌਜੂਦ ਲੋਕਾਂ ਦੀ ਮਦਦ ਨਾਲ ਬੜੀ ਮੁਸ਼ਕਲ ਨਾਲ ਛੁਡਵਾਇਆ ਗਿਆ ਅਤੇ ਇਲਾਜ ਲਈ ਬਾਅਦ ਵਿੱਚ ਫਰੀਦਕੋਟ ਦੇ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਵਿੱਚ ਲਿਜਾਇਆ ਗਿਆ ਹੈ, ਜਿੱਥੇ ਉਸਦਾ ਇਲਾਜ ਚੱਲ ਰਿਹਾ ਹੈ। ਉਹਨਾਂ ਕਿਹਾ ਕਿ ਜਿਸ ਪਰਿਵਾਰ ਦਾ ਇੱਕ ਕੁੱਤਾ ਸੀ ਉਹਨਾਂ ਵੱਲੋਂ ਅਕਸਰ ਹੀ ਇਸ ਕੁੱਤੇ ਨੂੰ ਖੁੱਲ੍ਹਾ ਛੱਡਿਆ ਜਾਂਦਾ ਹੈ ਅਤੇ ਇਸ ਤੋਂ ਪਹਿਲਾਂ ਵੀ ਉਹ ਕਈ ਲੋਕਾਂ 'ਤੇ ਹਮਲਾ ਕਰਕੇ ਉਹਨਾਂ ਨੂੰ ਜ਼ਖਮੀ ਕਰ ਚੁੱਕਾ ਹੈ। ਪੀੜਤ ਪਰਿਵਾਰ ਨੇ ਆਰਥਿਕ ਮਦਦ ਅਤੇ ਇਨਸਾਫ ਦੀ ਮੰਗ ਕੀਤੀ ਹੈ। ਮੇਰਾ ਨਾਮ ਜੀ ਮੋਤੀ ਰਾਮ ਹੈ। ਮੋਤੀ ਰਾਮ, ਕੀ ਗੱਲ ਹੋਈ ਹੈ ਤੁਹਾਡੇ ਪਰਿਵਾਰ? ਇਹ ਜੀ ਆਪਣੇ ਹਰਗੋਬਿੰਦ ਸਾਧਕ ਰੋਡ 'ਤੇ ਹਰਗੋਬਿੰਦ ਬਸਤੀ 'ਚ ਰਹਿੰਦੇ ਆ। ਇਹ ਮੇਰੀ ਭੈਣ ਹੈ ਜੀ। ਅੱਛਾ। ਤਾਂ ਭੈਣ ਨੂੰ ਤਾਂ ਭਾਂਜੀ ਨੂੰ ਆਪਣੇ ਸੋਹਣੂ ਪੰਡਿਤ ਦੇ ਕੁੱਤੇ ਆ ਜੀ, ਦੋ ਫੁੱਟਬਾਲ ਕੁੱਤੇ, ਬਹੁਤ ਖਤਰਨਾਕ ਹੈ ਉਹ। ਕਈ ਬੰਦੇ ਪਹਿਲਾਂ ਜੀ ਮੈਂ ਬਚਾਏ, ਮੈਂ ਪੜੋਸ 'ਚ ਹੀ ਰਹਿੰਦਾ ਨਾ, ਭੈਣ ਵੀ ਮੇਰੀ ਪੜੋਸ 'ਚ ਹੀ ਰਹਿੰਦੀ ਹੈ। ਪਹਿਲਾਂ ਵੀ ਕਈ ਜਵਾਕਾਂ ਨੂੰ ਖਾ ਚੁੱਕੇ ਆ ਜੀ, ਤਾਂ ਉਹਨਾਂ ਨੂੰ ਬਹੁਤ ਪਹਿਲਾਂ ਵੀ ਕਿਹਾ ਇਹਨਾਂ ਨੂੰ ਜੀ ਕਿਸੇ ਪਾਸੇ ਕਰ ਦਿਓ, ਫਿਰ ਵੀ ਇੱਧਰ ਸਾਡੇ ਬਹੁਤ ਜਵਾਕਾਂ ਨੂੰ ਸਾਰਿਆਂ ਨੂੰ ਡਰ ਰਹਿੰਦਾ ਜੀ। ਉੱਥੇ ਕਈ ਪੁਲਿਸ ਵਾਲਿਆਂ ਦੇ ਘਰ ਹੈ, ਸਾਰੇ ਬੱਚੇ ਉੱਥੇ ਖੇਡਦੇ ਆ। ਪਹਿਲਾਂ ਵੀ ਬਹੁਤ ਵਾਰੀ ਕਿਹਾ, ਉਹ ਨਹੀਂ ਮੰਨਦੇ ਜੀ। ਉਹਨਾਂ ਦਾ ਕੋਈ ਖੁੱਲ੍ਹੇ ਅੰਦਰ ਰਹਿੰਦੇ, ਕਈ ਵਾਰੀ ਉਹ ਬਾਹਰ ਜਾਂਦੇ, ਬਹੁਤ ਸ਼ੈਤਾਨ ਕੁੱਤੇ ਆ। ਅੱਜ ਉਹ ਕਿੱਥੇ ਜਾ ਰਹੇ ਸੀ ਤੁਹਾਡੇ? ਉਹ ਜਵਾਕ ਦੁੱਧ ਲੈਣ ਗਏ ਸੀਗੇ ਜੀ, ਤਾਂ ਉਹਨਾਂ ਨੂੰ ਫੜ ਲਿਆ ਜੀ। ਭੈਣ ਵੀ ਮੇਰੀ ਗਈ ਸੀ, ਉਹਨਾਂ ਦਾ ਮੂੰਹ ਤਾਂ ਸਾਰੇ ਹੀ ਵੱਢ ਲਿਆ ਜੀ, ਕੋਈ ਹੱਲ ਨਹੀਂ ਛੱਡਿਆ ਜੀ। ਕਿੱਥੇ ਲੈ ਕੇ ਆਏ ਉਹਨਾਂ ਨੂੰ? ਉਹਨਾਂ ਨੂੰ ਗੁਰੂ ਗੋਬਿੰਦ ਹਸਪਤਾਲ 'ਚ ਲੈ ਕੇ ਆਏ ਆ ਜੀ। ਸਾਡੀ ਇਹੀ ਮੰਗ ਹੈ ਜੀ, ਉਹਨਾਂ ਦੀ ਸੁਣੀ ਜਾਵੇ, ਵਧੀਆ ਇਲਾਜ ਹੋ ਜੇ। ਬਾਕੀ ਵਿਚਾਰਾ ਗਰੀਬ ਬੰਦਾ, ਉਹਦੇ ਪੱਲੇ ਕੁਛ ਵੀ ਨਹੀਂ ਜੀ, ਠੀਕ ਹੈ। ਵਿਚਾਰਾ ਜਿੰਨੇ ਤੇਤਰ ਉਹ ਵਿਹਲਾ ਰਹੂਗਾ, ਉਹਦੇ 'ਤੇ ਉਹਦੀ ਜਾਣੀ ਦਿੱਤੀ ਜਾਵੇ, ਬਸ ਸਾਡੀ ਇਹੀ ਮੰਗ ਹੈ ਜੀ। ਫਰੀਦਕੋਟ ਤੋਂ ਸੰਦੀਪ ਸੇਠੀ ਦੀ ਰਿਪੋਰਟ, ਪੰਜਾਬ ਟੂਡੇ।